ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ, ਇੱਕ ਨਵੀਂ ਸਮੱਸਿਆ ਦੀ ਗੱਲ ਕਰਦੇ ਹਾਂ, ਪਰ ਅੱਜ ਕਿਸੇ ਸਮੱਸਿਆ ਦੀ ਗੱਲ ਨਹੀਂ ਕਰਾਂਗੇ। ਤੁਸੀਂ ਮੇਰੇ ਪਿੱਛੇ ਮਾਹੌਲ ਦੇਖ ਸਕਦੇ ਹੋ, ਰੌਣਕ ਦੇਖ ਸਕਦੇ ਹੋ, ਬਾਜ਼ਾਰ ਦੇ ਵਿੱਚ ਲੱਗੀ ਹੋਈ ਹੈ। ਅੱਜ ਪੂਰਾ ਦੇਸ਼ ਜਿਹੜਾ ਹੈ, ਸਿਰਫ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਕਰਵਾ ਚੌਥ ਦਾ ਤਿਉਹਾਰ ਹੀ ਹੋ ਗਿਆ ਇੱਕ ਮਹਿਲਾਵਾਂ ਦੇ ਲਈ, ਜਿਹੜਾ ਬੜੇ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਹੀ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਕਰਵਾ ਚੌਥ ਤੋਂ ਪਹਿਲਾਂ ਹੀ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਨੇ, ਪਰ ਅੱਜ ਕਰਵਾ ਚੌਥ ਦੇ ਦਿਨ ਵੀ ਆ ਬਾਜ਼ਾਰਾਂ ਦੇ ਵਿੱਚ ਸਵੇਰ ਤੋਂ ਹੀ ਜਿਹੜੀ ਆ ਉਹ ਭੀੜ ਜਿਹੜੀ ਜੁਟੀ ਹੋਈ ਆ, ਔਰਤਾਂ ਦੀ ਮਹਿੰਦੀ ਲਗਾ ਰਹੀਆਂ ਨੇ, ਸ਼ੋਪਿੰਗ ਕਰ ਰਹੀਆਂ ਨੇ। ਪਰ ਕਰਵਾ ਚੌਥ ਦਾ ਮਹੱਤਵ ਕੀ ਆ? ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪਣੇ ਹਰ ਚੀਜ਼ ਦੇ ਮਾਇਨੇ ਹੁੰਦੇ ਨੇ। ਕੀ ਸੋਚਦੇ ਨੇ ਲੋਕ ਕਰਵਾ ਚੌਥ, ਮਹਿਲਾਵਾਂ ਕੀ ਸੋਚਦੀਆਂ ਨੇ? ਕੀ ਸਿਰਫ ਇੱਕ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਜਿਹੜੀ ਆ ਉਹ ਮੰਗੀ ਜਾ ਸਕਦੀ ਹੈ, ਜਾਂ ਫਿਰ ਕਈ ਆਪਣੇ ਸ਼ੌਂਕ ਲਈ ਰੱਖਦੇ ਨੇ, ਕਈ ਆਪਣੀ ਖੁਸ਼ੀ ਲਈ ਰੱਖਦੇ ਨੇ? ਹਰ ਕਿਸੇ ਦਾ ਆਪਣੇ ਆਪਣੇ ਜਿਹੜੇ ਆ ਉਹ ਵਿਚਾਰ ਆ, ਆਪਣੇ ਆਪਣੇ ਜਿਹੜੇ ਆ ਓਪੀਨੀਅਨਸ ਨੇ। ਲੇਡੀਜ਼ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਿਰਕਾਰ ਉਹ ਕੀ ਸੋਚਦੇ ਨੇ ਕਿ ਕਰਵਾ ਚੌਥ ਦਾ ਵਰਤ ਜਿਹੜਾ ਹੈ ਉਹ ਕਿਉਂ ਰੱਖਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸੁਨੀਤਾ। ਸੁਨੀਤਾ ਜੀ, ਤੁਸੀਂ ਵਰਤ ਰੱਖਿਆ ਕਰਵਾ ਚੌਥ ਦਾ? ਹੁਣ ਨਹੀਂ ਰੱਖਿਆ, ਅਸੀਂ ਪਹਿਲਾਂ ਰੱਖਦੇ ਹੁੰਦੇ ਸੀਗੇ, ਬਹੁਤ ਸਾਲ ਰੱਖਿਆ। ਅੱਛਾ ਜੀ, ਜਦੋਂ ਸ਼ਾਦੀ ਹੋਈ ਹੈ 20-25 ਸਾਲ ਰੱਖਿਆ। ਹਾਂਜੀ, ਹੁਣ ਫਿਰ ਆਣ ਕੇ ਨਹੀਂ ਰੱਖਿਆ? ਹੁਣ ਨਹੀਂ, ਹੁਣ ਰੱਖਿਆ ਨਹੀਂ ਜਾਂਦਾ। ਅੱਛਾ, ਤੇ ਪਹਿਲਾਂ ਜਦੋਂ ਤੁਸੀਂ ਰੱਖਣਾ ਸ਼ੁਰੂ ਕੀਤਾ ਸੀਗਾ, ਵਿਆਹ ਤੋਂ ਪਹਿਲਾਂ ਕੀਤਾ ਸੀ ਜਾਂ ਵਿਆਹ ਤੋਂ ਬਾਅਦ? ਵਿਆਹ ਤੋਂ ਬਾਅਦ, ਸ਼ਾਦੀ ਹੋਈ ਜਦੋਂ। ਤੇ ਕੀ ਮੰਨਦੇ ਹੋ ਤੁਸੀਂ ਕਰਵਾ ਚੌਥ ਦੇ ਵਰਤ ਦੀ ਆਪਣੀ ਲਾਈਫ 'ਚ ਮਹੱਤਤਾ ਕੀ ਮੰਨਦੇ ਹੋ? ਬਸ ਇੱਕ ਸ਼ੌਂਕ ਦਾ ਹੁੰਦਾ ਵੀ, ਚਲੋ ਸ਼ੌਂਕ ਹੈ ਲੇਡੀਜ਼ ਨੂੰ, ਜੋ ਸ਼ੌਂਕ ਹੁੰਦੇ ਆਪਣੇ ਆਪਣੇ ਵੀ ਅਸੀਂ ਜੂਲਰੀ ਪਾਈਏ, ਚੂੜੀਆਂ ਪਾਈਏ, ਡਰੈਸ ਡਰ ਪਾਈਏ, ਇਸ ਤਰ੍ਹਾਂ ਸ਼ੌਂਕ ਹੁੰਦਾ ਸੀ। ਉਸ ਟਾਈਮ ਯੰਗ ਹੁੰਦੇ ਸੀ ਪਹਿਲੇ ਪਹਿਲੇ, ਅਤੇ ਸ਼ੌਂਕ ਹੁੰਦਾ ਸੀਗਾ। ਹੁਣ ਵੀ ਯੰਗ ਹੀ ਹੋ, ਹੁਣ ਤਾਂ ਮਹਿੰਦੀ ਤੁਸੀਂ ਲਵਾਈ ਹੋਈ ਆ? ਹਾਂਜੀ, ਸ਼ੌਂਕ ਹੀ। ਹਾਂਜੀ, ਵਰਤ ਰੱਖਣਾ ਬੰਦ ਕਰ ਦਿੱਤਾ, ਅਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਰਤ ਰੱਖਦੇ ਨੇ? ਕਈ ਵਾਰ ਅਸੀਂ ਦੇਖਿਆ ਕਿ ਬਹੁਤ ਸਾਰੇ ਕੁਆਰੀਆਂ ਕੁੜੀਆਂ ਵੀ ਵਰਤ ਰੱਖਦੀਆਂ ਨੇ, ਅਤੇ ਬਹੁਤ ਸਾਰੀਆਂ ਵਿਆਹੀਆਂ ਨਹੀਂ ਵੀ ਰੱਖਦੀਆਂ, ਤਾਂ ਤੁਸੀਂ ਕੀ ਮੰਨਦੇ ਹੋ ਕਿ ਇਹ ਬੰਦਿਸ਼ ਤਾਂ ਨਹੀਂ ਹੋਣੀ ਚਾਹੀਦੀ, ਜਾਂ ਫਿਰ ਹਰ ਕਿਸੇ ਦਾ ਆਪਣੀ ਮਰਜ਼ੀ ਹੈ? ਹਾਂ ਨਹੀਂ, ਬੰਦਿਸ਼ ਨਹੀਂ ਹੋਣੀ ਚਾਹੀਦੀ, ਹਰ ਲੇਡੀਜ਼ ਦੀ ਆਪਣੀ ਚੋਇਸ ਹੈ ਨਾ ਵੀ ਰੱਖੀਏ ਜਾਂ ਨਾ ਰੱਖੀਏ, ਜਿਸ ਤਰ੍ਹਾਂ ਮਨ ਕਰਦਾ ਆਪਣਾ। ਉਸ ਬਾਰੇ ਕੀ ਸੋਚਦੇ ਹੋ ਜਿਹੜਾ ਕਹਿੰਦੇ ਕਿ ਕਰਵਾ ਚੌਥ ਦਾ ਵਰਤ ਰੱਖਣਾ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ? ਹਾਂ, ਇਹ ਤਾਂ ਜ਼ਰੂਰੀ ਨਹੀਂ ਹੈ, ਹੁਣ ਅਸੀਂ ਨਹੀਂ ਰੱਖਦੇ ਹੈ, ਸਾਡੇ ਹਸਬੈਂਡ ਹੈਗੇ ਹੀ ਹੈ, ਕਦੀ ਬੁਖਾਰ ਵੀ ਨਹੀਂ ਚੜਿਆ ਉਹਨਾਂ ਨੂੰ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਸਹੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਵਰਤ ਨਹੀਂ ਵੀ ਰੱਖਦੇ, ਫਿਰ ਵੀ ਇਹਨਾਂ ਦੇ ਪਤੀ ਜਿਹੜੇ ਤੰਦਰੁਸਤ ਹੈ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਤੰਦਰੁਸਤੀ ਬਣੀ ਰਹੇ, ਬਰਕਰਾਰ ਰਹੇ। ਮੇਰੇ ਮਦਰ ਇਨ ਲੋ ਵੀ ਸੀਗੇ, ਉਹਨਾਂ ਨੇ ਕਦੀ ਨਹੀਂ ਰੱਖਿਆ ਸੀਗਾ, ਬੜੇ ਵਧੀਆ ਸੀ, ਕਦੀ ਨਹੀਂ, ਬਜ਼ੁਰਗ ਹੋ ਕੇ ਡੈਥ ਹੋਈ ਉਹਨਾਂ ਦੀ, ਅਤੇ ਕਦੀ ਕੁਛ ਨਹੀਂ ਹੋਇਆ ਉਹਨਾਂ ਨੂੰ। ਮੈਂ ਸ਼ੌਂਕ ਦੇ ਮਾਰੇ ਰੱਖਦੇ ਸੀ, ਸ਼ੌਂਕ ਹੁੰਦਾ ਕਿ ਲੇਡੀ। ਸਿਰਫ ਸਾਡੀ ਇੱਕ ਵਿਚਾਰਧਾਰਾ ਹੈ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਜਿਹੜਾ ਵਾ ਉਹ ਕੋਈ ਇੱਦਾਂ ਉਮਰ ਲੰਬੀ ਹੋ ਸਕਦੀ ਹੈ, ਕੁਛ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਉਹ ਤਾਂ ਜੋ ਰੱਬ ਨੇ ਉੱਪਰ ਵਾਲੇ ਲਿਖਤਾ ਉਹਨੇ ਹੀ ਆਪਣੀ ਉਮਰ ਭੋਗਣੀ ਹੈ। ਬਿਲਕੁਲ ਸਹੀ ਗੱਲ ਹੈ ਇਹਨਾਂ ਨੇ ਜਿਹੜੇ ਕਹੀਆਂ ਨੇ, ਵਾਕਈ ਕਹਿ ਦਿੰਦੇ ਕਿ ਉਮਰ ਬੰਦਾ ਜਦੋਂ ਜ਼ਿੰਦਗੀ ਆਪਣੀ ਹੰਡਾ ਦਿੰਦਾ ਹੈ ਤਾਂ ਉਹਦਾ ਐਕਸਪੀਰੀਅੰਸ ਜਿਹੜਾ ਬੋਲਦਾ ਹੈ। ਕੀ ਨਾਮ ਹੈ? ਸੀਮਾ। ਸੀਮਾ, ਤੁਹਾਡਾ ਕਰਵਾ ਚੌਥ ਨੂੰ ਲੈ ਕੇ ਕੀ ਵਿਚਾਰ ਹੈ? ਇਹ ਆਪਣੀ ਆਸਥਾ ਹੈ ਹਰ ਇੱਕ ਦੀ, ਜਿਹੜਾ ਵਿਸ਼ਵਾਸ ਹੈ ਧਰਮ ਦੇ ਪ੍ਰਤੀ। ਸਭ ਨੂੰ ਲੱਗਦਾ ਹੈ ਕਿ ਵਰਤ ਰੱਖਣ ਦੇ ਨਾਲ ਮੇਰੇ ਪਤੀ ਦੀ ਉਮਰ ਲੰਬੀ ਹੁੰਦੀ ਆ, ਅਤੇ ਆਸਥਾ ਦੇ ਨਾਲ ਲੋਕ ਇਸ ਵਰਤ ਨੂੰ ਰੱਖਦੇ ਆ। ਵਰਤ ਰੱਖਿਆ? ਨਹੀਂ, ਮੈਂ ਵੀ ਨਹੀਂ ਰੱਖਦੀ। ਮੰਨਦੇ ਹੋ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਵੇਗੀ? ਮੇਰਾ ਤਾਂ ਨਹੀਂ ਹੈ ਇਹ ਮੰਨਣਾ ਕਿ ਇੱਕ ਦਿਨ ਦੇ ਨਾਲ ਨਹੀਂ ਹੁੰਦਾ। ਪਤੀ ਦੇ ਲਈ ਤਾਂ ਹਰ ਰੋਜ਼ ਹੀ ਪ੍ਰੇਅ ਕਰਨੀ ਚਾਹੀਦੀ ਹੈ ਕਿ ਉਹਦੀ ਉਮਰ ਲੰਬੀ ਹੋਵੇ। ਹਰ ਰੋਜ਼ ਹੀ ਅਸੀਂ ਉਹਦੇ ਨਾਲ ਰਹਿੰਦੇ ਹਾਂ, ਆਪਣਾ ਪਿਆਰ ਹਰ ਰੋਜ਼ ਦਿਖਾਉਂਦੇ ਹਾਂ ਉਹਨੂੰ। ਇੱਕ ਤਰੀਕਾ ਹੈ, ਹੈ ਨਾ? ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜਿਹੜਾ ਇਹਨਾਂ ਲੇਡੀਜ਼ ਨੇ ਆਪਣਾ ਆਪਣਾ ਵਿਚਾਰ ਦੱਸਿਆ, ਆਪਣਾ ਆਪਣਾ ਪੁਆਇੰਟ ਆਫ ਵਿਊ ਦੱਸਿਆ, ਤਾਂ ਬਿਲਕੁਲ ਸਹੀ ਵੀ ਦੱਸਿਆ ਹੈ ਕਿਤੇ ਉਹਨਾਂ ਨੇ। ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਲੇਡੀਜ਼ ਜਿਹੜੀਆਂ ਨੇ ਉਹ ਮਹਿੰਦੀ ਲਗਵਾ ਰਹੀਆਂ ਨੇ। ਕੀ ਨਾਮ ਹੈ? ਸਰੀਤਾ ਸ਼ਰਮਾ। ਵਰਤ ਰੱਖਿਆ ਤੁਸੀਂ? ਜੀ ਮੈਮ। ਕਿੰਨੇ ਸਾਲ ਤੋਂ ਰੱਖ ਰਹੇ ਹੋ? ਮੈਮ 20 ਸਾਲ। 20 ਸਾਲ ਤੋਂ ਰੱਖ ਰਹੇ ਹੋ, ਬਹੁਤ ਇੱਕ ਲੰਬਾ ਸਮਾਂ, 20 ਸਾਲ ਤੋਂ। ਔਰ ਦੱਸੋ ਕਿ ਹਰ ਜਦੋਂ ਪਹਿਲੀ ਵਾਰ ਵਰਤ ਸ਼ੁਰੂ ਕੀਤਾ ਸੀਗਾ ਉਦੋਂ ਕੀ ਸੋਚ ਕੇ ਰੱਖਿਆ ਸੀ, ਅਤੇ ਉਸ ਤੋਂ ਬਾਅਦ ਹੁਣ 20 ਸਾਲ ਹੋ ਗਏ ਆ, ਅਤੇ ਕੀ ਸੋਚਦੇ ਹੋ ਹਰ ਸਾਲ? ਮੈਂ ਵੀ ਇਹ ਸੋਚ ਕੇ ਰੱਖਿਆ ਸੀ ਕਿ ਮੇਰੇ ਪਤੀ ਦੀ ਲੰਬੀ ਉਮਰ ਹੋਏ, ਭਗਵਾਨ ਸੇ ਯਹੀ ਦੁਆ ਕਰਤੀ ਹੂੰ ਕਿ ਹਰ ਸਾਲ ਖੁਸ਼ੀ ਆਵੇ, ਕਿ ਐਸੇ ਹੀ ਹਰ ਸਾਲ ਆਤਾ ਰਹੇ ਵਰਤ। ਅੱਛਾ, ਅਤੇ ਅੱਜ ਤੁਸੀਂ ਵਰਤ ਵਾਲੇ ਦਿਨ ਮਹਿੰਦੀ ਲਵਾ ਰਹੇ ਹੋ, ਪਹਿਲਾਂ ਟਾਈਮ ਨਹੀਂ ਲੱਗਾ? ਨਹੀਂ ਮੈਮ, ਐਕਚੁਲੀ ਮੇਰਾ ਭਾਂਜਾ ਐਡਮਿਟ ਹੈ 16 ਮੈਂ, ਤਾਂ ਉਸਕੋ ਡੇਂਗੂ ਹੋਇਆ ਹੈ, ਇਸ ਕਰਕੇ ਹਮ ਥੋੜ੍ਹਾ। ਵੈਸੇ ਤੁਸੀਂ ਵਰਤ ਨੂੰ ਮੰਨਦੇ ਹੋ ਕਿ ਲੇਡੀਜ਼ ਦਾ ਇਹ ਇੱਕ ਆਪਣਾ ਸ਼ੌਂਕ ਹੈ ਜਾਂ ਫਿਰ ਆਸਥਾ ਹੈ? ਆਸਥਾ ਹੈ ਮੈਮ। ਆਸਥਾ ਹੈ? ਹਾਂਜੀ ਮੈਮ, ਮੰਨਦੇ ਹੋ? ਜੀ ਮੰਨਦੇ। ਬਹੁਤ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਵਾਂ ਨਵਾਂ ਵਿਆਹ ਹੋਇਆ, ਇਹ ਪਹਿਲਾਂ ਕਰਵਾ ਚੌਥ ਹੈ? ਹਾਂਜੀ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਤਾਂ ਵਿਆਹ ਤੋਂ ਪਹਿਲਾਂ ਰੱਖਦੇ ਸੀ?
ਕੀ ਸੋਚ ਕੇ ਰੱਖਿਆ ਹੈ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਐਕਚੁਅਲੀ ਪਤਾ ਨਹੀਂ ਸੋਚ ਕੇ ਰੱਖਿਆ, ਪਰ ਹਸਬੈਂਡ ਦੀ ਲਈ, ਉਹਨਾਂ ਦੀ ਹੈਲਥ ਲਈ, ਕਿਸੇ ਦੇ ਕਹਿਣ ਤੇ ਰੱਖਿਆ ਜਾਂ ਆਪਣੀ ਮਰਜ਼ੀ ਨਾਲ ਰੱਖਿਆ? ਆਪਣੀ ਮਰਜ਼ੀ ਨਾਲ ਰੱਖਿਆ, ਆਪਣੀ ਖੁਸ਼ੀ ਨਾਲ ਰੱਖਿਆ। ਤੇ ਹਸਬੈਂਡ ਤੁਹਾਨੂੰ ਤੁਹਾਡੇ ਨਾਲ ਸਹਿਮਤ ਹੈ ਇਸ ਗੱਲ 'ਤੇ ਕਿ ਇੱਕ ਦਿਨ ਵਰਤ ਰੱਖਣ ਨਾਲ ਉਮਰ ਲੰਬੀ ਹੋ ਜਾਂਦੀ ਹੈ? ਨਾ, ਸਹਿਮਤ ਵੀ ਨਹੀਂ ਹੈ, ਪਰ ਹਾਂ ਖੁਸ਼ ਹੈ। ਉਹਨਾਂ ਨੇ ਰੱਖਿਆ ਤੁਹਾਡੇ ਲਈ? ਨਹੀਂ, ਲੰਬੀ ਉਮਰ ਨਹੀਂ ਚਾਹੀਦੀ ਉਹਨਾਂ ਨੂੰ। ਚਲੋ ਇੱਕ ਗੱਲ ਹੈ, ਮੈਂ ਰੱਖ ਲਈ, ਉਹਨਾਂ ਰੱਖ ਲਿਆ। ਚਲੋ ਹੁਣ ਆਪਾਂ ਜਨਰਲੀ ਇੱਕ ਗੱਲ ਕਰਦੇ ਹਾਂ ਕਿ ਕਰਵਾ ਚੌਥ ਨੂੰ ਲੈ ਕੇ ਤੁਸੀਂ ਵੈਸੇ ਬੀਂਗ ਅ ਗਰਲ, ਬੀਂਗ ਅ ਯੰਗ, ਆਪਾਂ ਵੁਮੈਨ ਕਹਿ ਸਕਦੇ ਹਾਂ, ਆਪਣੀ ਸੋਚ ਜਿਹੜੀ ਆ ਤੁਸੀਂ ਕਿਸ ਤਰ੍ਹਾਂ ਰੱਖਦੇ ਹੋ ਕਿ ਵਾਕਈ ਇੱਕ ਦਿਨ ਵਰਤ ਰੱਖਣ ਦੇ ਨਾਲ ਕਿਸੇ ਦੀ ਉਮਰ ਲੰਬੀ ਹੋ ਸਕਦੀ ਹੈ, ਜਾਂ ਫਿਰ ਇਹ ਸਿਰਫ ਸਾਡਾ ਸ਼ੌਂਕ ਹੈ ਜਿਹਦੇ ਕਰਕੇ ਅਸੀਂ ਵਰਤ ਰੱਖਦੇ ਹਾਂ? ਸ਼ੌਂਕ ਵੀ ਨਹੀਂ ਹੈ, ਸ਼ੌਂਕ ਹੈ ਵੀ ਨਹੀਂ, ਵੀ ਇਹ ਵੀ ਨਹੀਂ ਕਹਿ ਸਕਦੇ ਕਿ ਸਿਰਫ ਸ਼ੌਂਕ ਹੈ, ਪਰ ਨਹੀਂ ਮੰਨਦੇ ਹੈ ਕਿ ਹਾਂ ਇਸ ਗੱਲ 'ਚ ਕੁਛ ਤਾਂ ਸੱਚਾਈ ਹੋਵੇਗੀ, ਸਾਰੀ ਦੁਨੀਆ ਕੁਛ ਐਵੇਂ ਹੀ ਤਾਂ ਨਹੀਂ ਰੱਖਦੀ ਵਰਤ। ਹਾਂਜੀ, ਯਾਨੀ ਕਿ ਜੇ ਕੋਈ ਚੀਜ਼ਾਂ ਬਣੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕੋਈ ਨਾ ਬਿਲੀਫਸ ਤਾਂ ਹੋਣਗੇ। ਚਲੋ ਬਹੁਤ ਬਹੁਤ ਸ਼ੁਕਰੀਆ। ਸੋ ਦੇਖ ਸਕਦੇ ਹੋ ਤੁਸੀਂ ਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਪਹਿਲਾ ਪਹਿਲਾ ਕਰਵਾ ਚੌਥ ਹੈ, ਕਿਸੇ ਨੂੰ 20 ਸਾਲ ਹੋ ਗਿਆ ਕਰਵਾ ਚੌਥ ਦਾ ਵਰਤ ਰੱਖਦੇ ਹੋਏ, ਹਰ ਕੋਈ ਆਪਣੇ ਢੰਗ ਦੇ ਨਾਲ ਜਿਹੜਾ ਹੈ ਉਹ ਵਰਤ ਜਿਹੜਾ ਹੈ ਉਹ ਰੱਖ ਰਿਹਾ ਬਾਜ਼ਾਰ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਰੌਣਕਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ, ਔਰਤਾਂ ਜਿਹੜੀਆਂ ਨੇ ਸੱਜ ਧੱਜ ਕੇ ਅੱਜ ਆ ਕੇ ਇੱਥੇ ਵਰਤ ਮਨਾ ਰਹੀਆਂ ਨੇ। ਹਰ ਕੋਈ ਜਿਹੜਾ ਹੈ ਉਹ ਆਪਣੇ ਜਿਹੜਾ ਹੈ ਤਰੀਕੇ ਦੇ ਨਾਲ ਆਪਣਾ ਇਹ ਦਿਨ ਜਿਹੜਾ ਸਪੈਸ਼ਲ ਡੇ ਜਿਹਨੂੰ ਆਪਾਂ ਫੀਮੇਲਸ ਦਾ ਕਹਿ ਦਿੰਦੇ ਹਾਂ ਉਹ ਦਿਨ ਮਨਾਇਆ ਜਾ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਮਲਕੀਅਤ ਸਿੱਧੂ। ਅੱਜ ਸਿੱਧੂ ਜੀ ਤੁਹਾਨੂੰ ਪਹਿਲਾਂ ਟਾਈਮ ਨਹੀਂ ਲੱਗਾ ਮਹਿੰਦੀ ਲਵਾਉਣ ਦਾ? ਨਹੀਂ, ਮੈਂ ਨਿਊਯਾਰਕ ਤੋਂ ਆਈ ਹਾਂ, ਕੱਲ੍ਹ ਨੂੰ ਮੇਰੀ ਫਲਾਈਟ ਹੈ। ਸੋ ਵਿਦੇਸ਼ਾਂ ਦੇ ਵਿੱਚ ਵੀ ਚਲੇ ਜਾਈਏ ਪਰ ਜਿਹੜੀ ਆਪਣੀ ਮਿੱਟੀ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਨਾਲ ਹੀ ਚੱਲਦੀਆਂ ਨੇ? ਬਿਲਕੁਲ ਜੀ, ਬਿਲਕੁਲ। ਅੱਛਾ, ਇਸ ਵਾਰ ਤਾਂ ਚਲੋ ਸਬੱਬੀ ਤੁਸੀਂ ਕਰਵਾ ਚੌਥ ਤੇ ਇੱਥੇ ਹੋ, ਜਦੋਂ ਉੱਥੇ ਹੁੰਦੇ ਹੋ ਉੱਥੋਂ ਤਾਂ ਥੋੜਾ ਦੱਸੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਵਰਤ ਮਨਾਉਂਦੇ ਹੋ? ਅਸੀਂ ਬਿਲਕੁਲ ਇੱਦਾਂ ਹੀ ਮਨਾਉਂਦੇ ਹਾਂ, ਬਿਲਕੁਲ ਇੰਡੀਆ ਨੂੰ ਵੀ ਬਿਲਕੁਲ ਇੱਦਾਂ ਹੀ ਆਪਾਂ ਮਨਾਉਂਦੇ ਹਾਂ, ਜਿੱਦਾਂ ਇੱਦਾਂ ਨਿਊਯਾਰਕ ਆਪਣੇ ਇੰਡੀਆ ਆਪਾਂ ਮਨਾ ਰਹੇ ਹਾਂ, ਅੱਜ ਜ਼ੋਰਾਂ ਸ਼ੋਰਾਂ ਨਾਲ ਇੱਦਾਂ ਹੀ ਮਹਿੰਦੀ ਲਗਵਾਉਂਦੇ ਹਾਂ, ਜਿੱਦਾਂ ਅੱਜ ਇੱਥੇ ਮਨਾ ਰਹੇ ਹਾਂ, ਉੱਥੇ ਵੀ ਮੇਰੇ ਸਿਸਟਰਸ, ਮੇਰੇ ਸਿਸਟਰ ਇਨ ਲੋ, ਅਤੇ ਜਿੱਦਾਂ ਅੱਜ ਆਪਣੇ ਮੇਰੇ ਬੇਟੇ ਦੀ ਇੰਗੇਜਮੈਂਟ ਹੋਈ ਹੈ, ਅਤੇ ਮੇਰੀ ਡਾਟਰ ਇਨ ਲੋ ਨੇ ਰੱਖੀ ਹੈ ਅੰਬਾਲਾ ਵਿੱਚ ਵਰਤ ਰੱਖਿਆ, ਅਤੇ ਮੈਂ ਇੱਥੇ ਮਹਿੰਦੀ ਲਗਵਾ ਰਹੀ ਹਾਂ। ਅਤੇ ਚਲੋ, ਅਤੇ ਕਿੱਦਾਂ ਦਾ ਲੱਗਦਾ ਹੈ ਵਰਤ, ਤੁਸੀਂ ਕੀ ਮੰਨਦੇ ਹੋ ਆਪਣਾ ਇਹਦੇ ਪਿੱਛੇ ਬਿਲੀਫ ਜਿਹੜੇ ਲੋਕਾਂ ਦੇ ਬਣੇ ਹੋਏ ਨੇ, ਮੰਨਦੇ ਹੋ ਕਿ ਇੱਕ ਦਿਨ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ? ਇਹ ਤਾਂ ਵਾਹਿਗੁਰੂ ਜੀ ਨੂੰ ਪਤਾ ਹੈ, ਪਰ ਮੈਂ ਬਸ ਸ਼ੌਂਕ ਦੇ ਤੌਰ 'ਤੇ ਰੱਖਦੀ ਹਾਂ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਅੱਜ ਵੱਖ ਵੱਖ ਜਿਹੜੇ ਆ ਵਿਚਾਰ ਅਸੀਂ ਸਾਰੇ ਦੇ ਲਏ ਆ, ਕੋਈ ਆਪਣੇ ਸ਼ੌਂਕ ਦੇ ਲਈ ਰੱਖਦਾ ਹੈ, ਕਿਸੇ ਦੀ ਆਸਥਾ ਹੈ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਵਰਤ ਜਿਹੜਾ ਹੈ ਉਹ ਸਾਰਿਆਂ ਦੇ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਹੋਰ ਵੀ ਲੇਡੀਜ਼ ਦੇ ਨਾਲ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਲੇਡੀਜ਼ ਬੋਲ ਰਹੀਆਂ ਨੇ, ਕਿਉਂਕਿ ਲੇਡੀਜ਼ ਸਪੈਸ਼ਲ ਹੈ, ਅੱਜ ਕਰਵਾ ਚੌਥ ਹੈ ਜਿਹੜਾ ਮਨਾਇਆ ਜਾ ਰਿਹਾ ਹਰ ਪਾਸੇ। ਹੁਣ ਤੱਕ ਜਿੰਨੀਆਂ ਵੀ ਲੇਡੀਜ਼ ਮਿਲੀਆਂ ਨੇ, ਹਰ ਕਿਸੇ ਨੇ ਆਪਣਾ ਆਪਣਾ ਜਿਹੜਾ ਵਿਚਾਰ ਦੱਸਿਆ ਹੈ ਕਿ ਵਰਤ ਨੂੰ ਲੈ ਕੇ ਉਹ ਕੀ ਸੋਚਦੇ ਨੇ। ਬੇਸ਼ੱਕ ਕਿਸੇ ਨੇ ਸ਼ੌਕ ਦੇ ਲਈ ਰੱਖਿਆ ਹੈ, ਕਿਸੇ ਨੇ ਨਹੀਂ ਰੱਖਿਆ, ਪਰ ਫਿਰ ਵੀ ਜਿਹੜਾ ਹੈ ਉਹ ਮਹਿੰਦੀ ਲਗਵਾਈ ਜਾ ਰਹੀ ਹੈ, ਤਿਆਰ ਹੋਇਆ ਜਾ ਰਿਹਾ। ਕੁੜੀਆਂ ਦੇ ਨਾਲ ਗੱਲਬਾਤ ਕਰਾਂਗੇ, ਕੁਆਰੀਆਂ ਕੁੜੀਆਂ ਦਾ ਜਿਹੜਾ ਹੈ ਪੁਆਇੰਟ ਆਫ ਵਿਊ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ। ਔਰ ਇੱਕ ਗੱਲ ਮੈਂ ਦੱਸਦਾ, ਇਹਨਾਂ ਕੁੜੀਆਂ ਨੇ ਵਰਤ ਤਾਂ ਨਹੀਂ ਰੱਖਿਆ ਹੋਇਆ, ਤੁਸੀਂ ਇਹਨਾਂ ਦੇ ਹੱਥ ਦੇ ਵਿੱਚ ਦੇਖ ਸਕਦੇ ਹੋ, ਉਹ ਚਿਪਸ ਦੇ ਪੈਕਟ ਹੈ, ਉੱਧਰ ਉਹ ਖਾਣ ਪੀਣ ਦਾ ਸਮਾਨ ਜਿਹੜਾ ਬਕਾਇਦਾ ਫੜਿਆ ਹੋਇਆ ਹੈ। ਕੀ ਨਾਮ ਹੈ? ਮੇਰਾ ਨਾਮ ਰੁਪਿੰਦਰ। ਰੁਪਿੰਦਰ, ਵਰਤ ਕਿਉਂ ਨਹੀਂ ਰੱਖਿਆ? ਕਿਉਂਕਿ ਹਜੇ ਮੈਂ ਅਨਮੈਰਿਡ ਹਾਂ, ਅਤੇ ਕੋਈ ਇੱਦਾਂ ਹੈ ਨਹੀਂ ਗਾ ਕਿ ਜਿਹਦੇ ਲਈ ਮੈਂ ਵਰਤ ਰੱਖਾਂ। ਅੱਛਾ, ਹਾਂਜੀ। ਅਤੇ ਵੈਸੇ ਜਿਹੜੇ ਲੋਕ ਖੁਸ਼ੀ ਲਈ ਰੱਖਦੇ ਆਪਣੀ, ਉਹ ਉਹਨਾਂ ਦੀ ਆਪਸ਼ਨ ਹੈ, ਬਟ ਮੇਰਾ ਇਹ ਹੈ ਕਿ ਜਦੋਂ ਰੱਖਣਾ ਤਾਂ ਕਿਸੇ ਲਈ ਰੱਖੋ, ਤਾਂ ਵੈਸੇ ਮੈਂ ਭੁੱਖੀ ਨਹੀਂ ਰਹਿ ਸਕਦੀ। ਬਾਕੀ ਦੇ ਵਿੱਚ ਜੇ ਕਿਸੇ ਦੀ ਉਮਰ ਲੰਬੀ ਕਰਨੀ ਹੈ ਤਾਂ ਹੀ ਭੁੱਖੇ ਰਹੀਏ, ਹੈ ਨਾ? ਹਾਂ, ਕੋਈ ਫਾਇਦਾ ਤਾਂ ਹੋਣਾ ਚਾਹੀਦਾ ਨਾ ਭੁੱਖੇ ਰਹਿਣ ਦਾ। ਅਤੇ ਮੰਨਦੇ ਹੋ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਕਿਸੇ ਦੀ ਉਮਰ ਲੰਬੀ ਹੋ ਜਾਂਦੀ ਹੈ? ਵੈਸੇ ਇੱਕ ਕਹਾਵਤ ਹੈ, ਬਟ ਮੈਨੂੰ ਲੱਗਦਾ ਤਾਂ ਨਹੀਂ ਇੱਦਾਂ ਕੁਛ ਹੁੰਦਾ ਹੋਣਾ, ਬਟ ਸੈਲੀਬ੍ਰੇਸ਼ਨ ਹੈ ਇੱਕ ਤਰ੍ਹਾਂ ਦੀ, ਤਾਂ ਠੀਕ ਹੈ, ਮੰਨ ਲੈਂਦੇ ਹਾਂ। ਠੀਕ ਹੈ, ਤਾਂ ਮਤਲਬ ਵਿਆਹ ਤੋਂ ਬਾਅਦ ਤੁਸੀਂ ਪਸੰਦ ਕਰੋਗੇ ਵਰਤ ਰੱਖਣਾ? ਹਾਂ, ਰੱਖ ਲੈਂਦੇ, ਇਹਦੇ 'ਚ ਤਾਂ ਕੋਈ ਅਰਜ਼ ਨਹੀਂ ਹੈਗਾ। ਅੱਛਾ, ਇੱਕ ਜਨਰਲ ਸਵਾਲ ਹੈ ਕਿ ਅੱਜ ਕੱਲ੍ਹ ਇਸ ਚੀਜ਼ ਦਾ ਕਮਰਸ਼ਲਾਈਜੇਸ਼ਨ ਜਿਹੜੀ ਹੋ ਗਈ ਹੈ, ਬਾਜ਼ਾਰੀਕਰਨ ਹੋ ਗਿਆ, ਪਹਿਲਾਂ ਸਿੰਪਲ ਤਰੀਕੇ ਦੇ ਨਾਲ ਵਰਤ ਰੱਖਿਆ ਜਾਂਦਾ ਸੀ, ਸੱਸ ਸਰਗੀ ਦਿੰਦੀ ਸੀ, ਨੌ ਵਰਤ ਰੱਖ ਲੈਂਦੀ ਸੀ, ਪਰ ਹੁਣ ਇਹ ਵਰਤ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹੈ ਮੈਨੂੰ ਲੱਗਦਾ, ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇੱਦਾਂ ਹੀ ਹੈ ਕਿ ਆਪਾਂ ਨੂੰ ਮੀਨਸ ਜਿੱਦਾਂ ਪਹਿਲਾਂ ਹੁੰਦਾ ਸੀਗਾ
ਵੀ ਇੱਕ ਆਪਾਂ ਆਪਣੇ ਮਨ ਨਾਲ ਰੱਖਦੇ ਸੀ, ਆਪਣੇ ਚਾਅ ਨਾਲ ਰੱਖਦੇ ਸੀ, ਕਿਸੇ ਰੀਅਲ ਮਤਲਬ ਹੁੰਦਾ ਸੀਗਾ ਵੀ ਰੀਅਲ ਆਪਣੀ ਫੀਲਿੰਗ ਇਹਦੇ, ਬਟ ਹੁਣ ਮੈਨੂੰ ਲੱਗਦਾ ਕਿ ਜ਼ਿਆਦਾ ਦਿਖਾਵਾ ਹੋਣ ਲੱਗ ਗਿਆ ਕਿ ਹਾਂ ਅਸੀਂ ਵਰਤ ਰੱਖਿਆ, ਅਸੀਂ ਇਹ ਕਰਨਾ, ਅਸੀਂ ਉਹ ਕਰਨਾ, ਅਸੀਂ ਮਹਿੰਗੇ ਤੋਂ ਮਹਿੰਗਾ ਸੂਟ ਲੈਣਾ, ਮਹਿੰਦੀ ਲਵਾਉਣੀ ਹੈ, ਇਹ ਕਰਨਾ, ਅਤੇ ਮੈਨੂੰ ਲੱਗਦਾ ਕਿ ਇਹ ਚੀਜ਼ ਪੁਰਾਣੇ ਵਾਂਗੂ ਹੋਣੀ ਚਾਹੀਦੀ ਹੈ, ਪਹਿਲਾਂ ਵਾਂਗੂ, ਕਿ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਜ਼ਿਆਦਾ ਵਰਤ ਵੱਲ ਧਿਆਨ ਦਿਆ ਜਾਂਦਾ ਸੀਗਾ ਅਤੇ ਦਿਖਾਵਾ ਘੱਟ ਹੁੰਦਾ ਸੀ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਸਹੀ ਗੱਲ ਕਹੀ ਹੈ, ਨੌਜਵਾਨ ਪੀੜ੍ਹੀ ਦੀ ਜਿਹੜੀ ਸੋਚ ਹੈ ਉਹ ਕਿਤੇ ਨਾ ਕਿਤੇ ਸਭ ਨਾਲੋਂ ਵੱਖਰੀ ਹੁੰਦੀ ਹੈ। ਇਹ ਗੱਲ ਸਾਹਮਣੇ ਆ ਗਈ ਹੈ ਕਿ ਅੱਜ ਕੱਲ੍ਹ ਵਾਕਈ ਦੇ ਵਿੱਚ ਜਿਹੜਾ ਉਹ ਬਾਜ਼ਾਰੀਕਰਨ ਹੋ ਚੁੱਕਾ ਹੈ, ਉਹ ਦਿਖਾਵਾ ਜਿਹੜਾ ਹੈ ਉਹ ਜ਼ਿਆਦਾ ਹੋਣ ਲੱਗ ਗਿਆ। ਅੱਜ ਕੱਲ੍ਹ ਕੱਪੜਿਆਂ ਤੋਂ ਲੈ ਕੇ ਜੁਵਲਰੀ ਤੋਂ ਲੈ ਕੇ ਈਵੈਂਟਸ ਜਿਹੜੇ ਹੋਣ ਲੱਗ ਗਏ ਨੇ ਕਰਵਾ ਚੌਥ ਦੇ, ਉਹਦੇ ਉੱਪਰ ਸਿਰਫ ਇੱਕ ਦਿਖਾਵਾ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਹੋਣ ਲੱਗ ਗਿਆ। ਕੀ ਨਾਮ ਹੈ? ਪ੍ਰਿਯੰਕਾ। ਪ੍ਰਿਯੰਕਾ, ਵਰਤਾਂ ਨਹੀਂ ਰੱਖਿਆ ਹੋਣਾ ਤੁਸੀਂ? ਬਿਲਕੁਲ ਨਹੀਂ। ਕਿਉਂ ਨਹੀਂ ਰੱਖਿਆ? ਐਕਚੁਲੀ ਕੋਈ ਹੈ ਵੀ ਨਹੀਂ, ਔਰ ਅਗਰ ਹੋਗਾ ਵੀ ਤਾਂ ਵੀ ਮੈਂ ਅਭੀ ਨਹੀਂ ਪ੍ਰੈਫਰ ਕਰੂੰਗੀ, ਮੈਂ ਮੈਰਿਜ ਕੇ ਬਾਅਦ ਹੀ ਪ੍ਰੈਫਰ ਕਰੂੰਗੀ ਇਸ ਚੀਜ਼ ਕੋ। ਤੇ ਕੀ ਲੱਗਦਾ ਕਿ ਸਿਰਫ ਕੁੜੀਆਂ ਨੂੰ ਵਰਤ ਰੱਖਣਾ ਚਾਹੀਦਾ, ਮੁੰਡਿਆਂ ਨੂੰ ਨਹੀਂ ਰੱਖਣਾ ਚਾਹੀਦਾ? ਮੈਂ ਇਹ ਮੰਨਦੀ ਹਾਂ ਕਿ ਅਗਰ ਹਮ ਮੰਨਤੇ ਹੈ ਕਿ ਉਨਕੇ ਲਈ, ਉਨਕੀ ਲੰਬੀ ਉਮਰ ਕੇ ਲਈ ਹਮ ਰੱਖਤੇ ਹੈ, ਕਿਉਂਕਿ ਐਕਚੁਲੀ ਇਹ ਮਨ ਕੀ ਫੀਲਿੰਗਸ ਵੀ ਹੋਤਾ ਹੈ ਕਿ ਮੁਝੇ ਨਹੀਂ ਪਤਾ ਕਿ ਸੱਚ ਮੈਂ ਵਰਤ ਰੱਖਣੇ ਸੇ ਉਨਕੀ ਲੰਬੀ ਉਮਰ ਹੋਤੀ ਹੈ ਕਿ ਨਹੀਂ ਹੋਤੀ ਹੈ, ਲੇਕਿਨ ਅਗਰ ਹਮ ਇਹ ਫੀਲ ਕਰਤੇ ਹੈ ਕਿ ਹਾਂ ਉਨਕੇ ਲਈ ਹਮ ਵਰਤ ਰੱਖ ਰਹੇ, ਤੋ ਓਬਵੀਅਸਲੀ ਬੋਏ ਵੀ ਚਾਹੇਗਾ ਕਿ ਮੇਰੀ ਜੋ ਮੇਰੀ ਲਾਈਫ ਉਸਕੀ ਵੀ ਲਾਈਫ ਉਹ ਵੀ ਉਸਕੀ ਲੰਬੀ ਉਮਰ ਹੋ। ਬਿਲਕੁਲ। ਕਮਰਸ਼ਲਾਈਜੇਸ਼ਨ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਵੀ ਐਸੇ ਦੋ ਤਿੰਨ ਦਿਨ ਸੇ ਰੈਗੂਲਰ ਮਾਰਕੀਟ ਜਾ ਰਹੀ ਹਾਂ, ਕੁਛ ਨਾ ਕੁਛ ਮੇਰੇ ਸਮਾਨ ਕੀ ਜ਼ਰੂਰਤ ਪੜ ਰਹੀ ਹੈ, ਔਰ ਮੈਨੇ ਯਹੀ ਦੇਖਿਆ ਕਿ ਲੇਡੀਜ਼ ਇਤਨਾ ਜ਼ਿਆਦਾ ਸਮਾਨ ਇਤਨਾ ਜ਼ਿਆਦਾ ਹੋ ਜਾਤੀ, ਕੋਈ ਕਹੀਂ ਵੀ ਰੁਕ ਜਾ ਰਹੀ ਹੈ, ਮੁਝੇ ਇਤਨਾ ਜ਼ਿਆਦਾ ਪ੍ਰੈਸ਼ਰ ਫੀਲ ਹੋ ਰਿਹਾ ਨਾ ਕਿ ਮਤਲਬ ਮੈਨੇ ਇਹ ਚੀਜ਼ ਦੇਖੀ ਹੈ ਕਿ ਉਹ ਵਰਤ ਪੇ ਇਤਨਾ ਧਿਆਨ ਨਹੀਂ ਦੇ ਰਹੀ ਜਿੰਨਾ ਉਨਕੇ ਪਾਸ ਮਹਿੰਗੀ ਚੂੜੀ ਹੋਣੀ ਚਾਹੀਏ, ਉਹ ਇਹ ਕਹਿਤੇ ਮੈਨੇ ਕਿਤਨੇ ਉਸੇ ਇਹ ਸੁਣਿਆ ਕਿ ਆਜ ਇਸ ਬਾਰ ਤੋਂ ਮੈਂ ਸਭ ਕੁਛ ਨਿਊਜ਼ ਖਰੀਦੂੰਗੀ, ਸਭ ਕੁਛ ਨਿਊ ਕਿ ਮਤਲਬ ਨਯਾ ਜੋੜਾ, ਨਯਾ ਚੂੜੀ, ਮਤਲਬ ਬਹੁਤ ਕੁਛ, ਤਾਂ ਇਹ ਚੀਜ਼ ਜ਼ਿਆਦਾ ਬਣ ਚੁੱਕੀ ਹੈ ਮੈਨੇ ਜੋ ਦੇਖੀ ਅੱਜ ਤੱਕ। ਇਸ ਚੱਕਰ ਦੇ ਵਿੱਚ ਮਿਡਲ ਕਲਾਸ ਅਤੇ ਲੋਅਰ ਕਲਾਸ ਲੋਕਾਂ 'ਤੇ ਵੀ ਪ੍ਰੈਸ਼ਰ ਪੈ ਰਿਹਾ? ਬਿਲਕੁਲ ਬਿਲਕੁਲ, ਕਿ ਜੋ ਲੋਕ ਬਣਾ ਕੇ ਰੱਖਦੇ, ਬਿਲਕੁਲ ਕਿ ਜੋ ਬੜੇ ਸਟੇਟਸ ਵਾਲੇ ਹੈ ਉਹ ਇਹ ਫੀਲ ਕਰਦੇ ਹੈ ਕਿ ਹਾਂ ਹਮਾਰੇ ਪਾਸ ਸਭ ਕੁਛ ਹੋਣਾ ਚਾਹੀਏ, ਔਰ ਛੋਟੇ ਫੀਲ ਕਰਦੇ ਹੈ ਕਿ ਹਾਂ ਹਮਾਰੇ ਪਾਸ ਐਸਾ ਕੁਛ ਨਹੀਂ ਹੈ। ਬਿਲਕੁਲ ਬਿਲਕੁਲ, ਅੱਜ ਕੱਲ੍ਹ ਜਿਹੜਾ ਵਰਤ ਹੈ ਉਹ ਕਿਤੇ ਨਾ ਕਿਤੇ ਜਿਹੜਾ ਸੀ ਸਟੇਟਸ ਸਿੰਬਲ ਵੀ ਬਣਦਾ ਜਾ ਰਿਹਾ, ਅਤੇ ਉਹਦੇ ਕਰਕੇ ਵੱਡੇ ਲੋਕਾਂ ਨੂੰ ਤਾਂ ਬੇਸ਼ੱਕ ਹਰ ਵਾਰੀ ਕਿਸੇ ਚੀਜ਼ ਦੇ ਨਾਲ ਫਰਕ ਨਹੀਂ ਪੈਂਦਾ, ਪਰ ਜਿਹੜੇ ਨਿਮਨ ਵਰਗ ਦੇ ਲੋਕ ਨੇ ਉਹਨਾਂ ਦੇ ਉੱਪਰ ਜਿਹੜਾ ਇਸ ਚੀਜ਼ ਦਾ ਇਫੈਕਟ ਜ਼ਰੂਰ ਹੁੰਦਾ। ਕੀ ਨਾਮ ਹੈ? ਸਰਬਜੀਤ। ਸਰਬਜੀਤ, ਤੁਸੀਂ ਵਰਤ ਰੱਖਿਆ? ਅਸੀਂ ਨਹੀਂ ਰੱਖਦੇ, ਵੈਸੇ ਸਾਡੀ ਫੈਮਿਲੀ ਪੰਜਾਬੀਆਂ ਦੀ ਹੈ ਤਾਂ ਅਸੀਂ ਵਰਤ ਨਹੀਂ ਰੱਖਦੇ, ਮਤਲਬ ਅਗਰ ਤੁਸੀਂ ਪੁੱਛਦੇ ਹੋ ਕਿ ਵਿਆਹ ਦੇ ਬਾਅਦ ਵੀ ਰੱਖਾ ਤਾਂ ਮੈਂ ਵਿਆਹ ਦੇ ਬਾਅਦ ਕਦੀ ਵਰਤ ਨਹੀਂ ਰੱਖੂੰਗੀ, ਕਿਉਂਕਿ ਸਾਡਾ ਰੱਖਿਆ ਹੀ ਨਹੀਂ ਜਾਂਦਾ, ਅਤੇ ਅਸੀਂ ਇਸ ਚੀਜ਼ 'ਚ ਬਿਲੀਵ ਨਹੀਂ ਕਰਦੇ ਇੰਨਾ। ਨਹੀਂ ਮੰਨਦੇ ਕਿ ਇੱਕ ਦਿਨ ਵਰਤ ਰੱਖਣਾ ਉਮਰ ਲੰਬੀ ਹੋ ਜਾਂਦੀ? ਨਹੀਂ, ਮੈਂ ਨਹੀਂ ਕਦੀ ਮੰਨਦੀ, ਅਗਰ ਮੈਨੂੰ ਵਰਤ ਲਈ ਰੱਖਿਆ ਕਿਹਾ ਵੀ ਜਾਏਗਾ ਤਾਂ ਮੈਂ ਕਦੇ ਵੀ ਇਸ ਦਿਨ ਲਈ ਸਪੈਸ਼ਲ ਨਹੀਂ ਰੱਖੂੰਗੀ ਕਿ ਅੱਗੇ ਆਪਣੀ ਸਿਹਤ ਲਈ ਮੈਂ ਜ਼ਰੂਰਤ ਹੈ, ਕਿਉਂਕਿ ਵਰਤ ਨਾਲ ਸਾਡੀ ਸਿਹਤ ਸਹੀ ਹੁੰਦੀ ਹੈ, ਕਿਸੇ ਹੋਰ ਦੀ ਸਿਹਤ ਨਹੀਂ ਸਹੀ ਹੋ ਸਕਦੀ। ਬਿਲਕੁਲ, ਇਹ ਗੱਲ ਬਹੁਤ ਇਹਨੇ ਸਹੀ ਕਹੀ ਹੈ ਕੁੜੀ ਨੇ ਕਿ ਵਰਤ ਰੱਖੂਗਾ ਜਿਹੜਾ ਭੁੱਖਾ ਰਹੂਗਾ ਉਹਦਾ ਆਪਣਾ ਬੋਡੀ ਸਿਸਟਮ ਜਿਹੜਾ ਉਹ ਠੀਕ ਰਹੇਗਾ, ਨਾ ਕਿ ਕਿਸੇ ਦੀ ਜਿਹੜੀ ਹੈ ਉਹ ਉਮਰ ਲੰਬੀ ਹੋ ਸਕਦੀ ਹੈ। ਹਾਲਾਂਕਿ ਇਹ ਕੁਝ ਲੋਕਾਂ ਦੀ ਆਪਣੇ ਵਿਚਾਰ ਹੈ, ਕੁਝ ਲੋਕ ਅਜਿਹਾ ਮੰਨਦੇ ਵੀ ਨੇ, ਅਸੀਂ ਉਹਨਾਂ ਨੂੰ ਇਹ ਗਲਤ ਨਹੀਂ ਕਹਿੰਦੇ, ਬਟ ਹਰ ਕਿਸੇ ਦੀ ਆਪਣੀ ਸੋਚ ਹੈ, ਨੌਜਵਾਨ ਪੀੜ੍ਹੀ ਦੀ ਸੋਚ ਕਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ। ਬਾਜ਼ਾਰੀਕਰਨ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਕੱਲ੍ਹ ਤਿਉਹਾਰਾਂ ਦੇ ਨਾਮ ਦੇ ਉੱਪਰ ਹੋ ਗਿਆ ਹੈ? ਅੱਜ ਕੱਲ੍ਹ ਮੇਰੇ ਹਿਸਾਬ ਨਾਲ ਦਿਖਾਵਾ ਹੀ ਰਹਿ ਚੁੱਕਿਆ ਹੈ ਕਿ ਅੱਜ ਕੱਲ੍ਹ ਵੀ ਦੇਖੋ ਪੰਜਾਬੀਆਂ 'ਚ ਇੰਨਾ ਨਹੀਂ ਹੈ, ਸਿੱਖ ਫੈਮਿਲੀ ਹੁੰਦੀ ਹੈ ਉਹਨਾਂ 'ਚ ਵਰਤ ਨਹੀਂ ਰੱਖਿਆ ਜਾਂਦਾ, ਲੇਕਿਨ ਦਿਖਾਵੇ ਦੇ ਤੌਰ 'ਤੇ ਅੱਜ ਦਿਖਾਵਾ ਕਰਦੇ ਕਰਦੇ ਸਭ ਇਹਦੇ ਪਿੱਛੇ ਤੁਰ ਪਏ ਨੇ, ਤਾਂ ਮਤਲਬ ਕਿ ਉਹ ਸਿਰਫ ਇੱਕ ਦਿਖਾਵੇ ਦੇ ਤੌਰ 'ਤੇ ਰੱਖ ਰਹੇ ਨੇ, ਕੋਈ ਇਸ ਫੀਲਿੰਗ ਲਈ ਨਹੀਂ ਰੱਖ ਰਹੇ ਕਿ ਸੱਚੀ ਲੰਬੀ ਉਮਰ ਹੋਏਗੀ, ਤਾਂ ਇੱਦਾਂ ਵੀ ਫੋਰਸ ਕਰਦੇ ਨੇ ਕਿ ਤੁਸੀਂ ਵੀ ਰੱਖੋ, ਤੁਸੀਂ ਵੀ ਰੱਖੋ, ਅਤੇ ਮੇਰੇ ਹਿਸਾਬ ਨਾਲ ਮੈਨੂੰ ਵੀ ਲੱਗਦਾ ਕਿ ਵੀ ਇਹ ਬਾਜ਼ਾਰ ਦੇ ਪਿੱਛੇ ਕਿ ਇਹਨਾਂ ਨੂੰ ਇੱਦਾਂ ਹੁੰਦਾ ਕਿ ਸਾਨੂੰ ਸਜਣ ਦਾ ਮੌਕਾ ਮਿਲੇਗਾ, ਅੱਛੇ ਅੱਛੇ ਕੱਪੜੇ ਪਾਉਣ ਨੂੰ ਮਿਲਣਗੇ, ਬਸ ਇਹ ਇੱਕ ਇਹ ਅੱਛਾ ਤਰੀਕਾ, ਚਲੋ ਠੀਕ ਹੈ ਸਜਣ ਦਾ ਮੌਕਾ ਮਿਲ ਜਾਂਦਾ, ਬਟ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਸਾਡਾ ਕੁਛ ਹੁੰਦਾ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ? ਸਪਨਾ। ਸਪਨਾ, ਕੀ ਸਪਨਾ ਹੈ? ਵਰਤ ਰੱਖਣਾ ਕਿ ਨਹੀਂ ਰੱਖਣਾ? ਵਰਤ ਅਗਰ ਮਨ ਸੇ ਹੋਗਾ ਤਾਂ ਰੱਖ ਲਉਂਗੇ, ਸਾਹਮਣੇ ਵਾਲਾ ਹੋਗਾ ਉਸ ਲਾਇਕ ਤਾਂ ਮੈਂ ਰੱਖੂੰਗੀ। ਅੱਛਾ, ਅਤੇ ਇਹ ਵੀ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਲਈ ਵੀ ਰੱਖਿਆ ਜਾਵੇ? ਹਾਂ, ਜਦ ਮੈਂ ਰੱਖ ਰਹੀ ਤਾਂ ਹੋ ਵੀ ਰੱਖੇ। ਹਾਂ, ਅੱਛਾ, ਸਪਨਾ ਤੁਸੀਂ ਵਰਤ ਬੇਸ਼ੱਕ ਨਹੀਂ ਰੱਖਿਆ, ਪਰ ਤੁਸੀਂ ਮਹਿੰਦੀ ਲਾਈ ਹੋਈ ਹੈ? ਉਹ ਤਾਂ ਵੈਸੇ ਲਗਾਈ ਸੀ ਸ਼ੌਂਕ ਨਾਲ। ਕੀ ਵੈਸੇ ਕੀ ਮੰਨਦੇ ਹੋ ਕਿ ਜਿਹੜੇ ਲੋਕ ਵਰਤ ਰੱਖਦੇ ਨੇ, ਜਿਹਨਾਂ ਦਾ ਇਹ ਮੰਨਣਾ ਹੈ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ? ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਅਸੀਂ ਟੈਕਨੋਲੋਜੀ ਦੇ ਮਾਮਲੇ 'ਚ ਇੰਨਾ ਅੱਗੇ ਵੱਧ ਰਹੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਅਜਿਹੀ ਸੋਚ ਕੀ ਲੱਗਦਾ ਹੈ ਕਿ ਉਹਨਾਂ ਲੋਕਾਂ ਦੀ ਸੋਚ ਕਿੱਥੇ ਕੁ ਤੱਕ ਵਾਜਿਬ ਹੈ? ਠੀਕ ਹੈ, ਟਰੱਸਟ ਹੈ, ਅੱਛੀ ਬਾਤ ਹੈ, ਸਭ ਕੋ ਆਪਣਾ ਟਰੱਸਟ ਹੈ, ਬਟ ਇਹ ਵੀ ਨਹੀਂ ਹੈ ਕਿ ਅਗਰ ਤੂੰ ਮੰਨੇਗੇ ਹੋ ਰੱਖੇ ਹੋ, ਜੈਸੇ ਮੈਨੇ ਆਪਣੀ ਉਸਮੇ ਦੇਖਿਆ ਦੋ
ਮੇਰਾ ਨਾਮ ਸ਼ਿਵਰਾਜ। ਵਰਤ ਰੱਖਿਆ ਤੁਸੀਂ? ਇਹ ਇੱਕ ਰੌਣਕ ਮੇਲਾ ਬਣਿਆ ਹੋਇਆ, ਚਲੋ ਕਿ ਸਾਰੇ ਡਰੈਸਅਪ ਹੁੰਦੇ ਹੈ, ਖੁਸ਼ ਹੁੰਦੇ ਹੈ, ਇੱਕ ਦੂਜੇ ਨਾਲ ਮਿਲਦੇ ਗਿਲਦੇ ਹੈ, ਜਾਂ ਅੱਛਾ ਲੱਗਦਾ ਸਭ ਨੂੰ ਡਰੈਸਅਪ। ਮੈਨੂੰ ਮਹਿੰਦੀ ਦਾ ਸ਼ੌਂਕ ਹੈ, ਦੈਟਸ ਆਲ। ਯਾਨੀ ਕਿ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਹਰ ਕਿਸੇ ਦਾ ਆਪਣਾ ਤਰੀਕਾ, ਆਪਣਾ ਫੇਥ ਹੈ ਉਹਨਾਂ ਦਾ, ਨੋਟ ਮਾਈਨ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਹਰ ਕਿਸੇ ਦੀ ਆਪਣਾ ਜਿਹੜਾ ਹੈ ਉਹ ਵਿਚਾਰ ਹੈ ਕਿ ਕੋਈ ਜਿਹੜਾ ਹੈ ਵਰਤ ਰੱਖ ਕੇ ਕਹਿ ਰਿਹਾ ਕਿ ਉਹਦੇ ਪਤੀ ਦੀ ਉਮਰ ਲੰਬੀ ਹੋਵੇਗੀ, ਕੋਈ ਬਿਨਾਂ ਵਰਤ ਰੱਖ ਰਿਹਾ ਹੈ ਪਰ ਫਿਰ ਵੀ ਬਾਜ਼ਾਰਾਂ ਦੇ ਵਿੱਚ ਪਹੁੰਚਿਆ ਹੋਇਆ ਹੈ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ। ਹੋਰ ਵੀ ਜਿਹੜੇ ਮਹਿਲਾਵਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਖਾਸ ਕਰਕੇ ਫੀਮੇਲਸ ਬੋਲ ਰਹੀਆਂ ਨੇ, ਮਹਿਲਾਵਾਂ ਬੋਲ ਰਹੀਆਂ ਨੇ, ਕਿਉਂਕਿ ਦਿਨ ਹੈ ਉਹਨਾਂ ਦਾ ਅੱਜ। ਕਰਵਾ ਚੌਥ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਲੇਡੀਜ਼ ਜਿਹੜੀਆਂ ਨੇ ਸ਼ੋਪਿੰਗ ਕਰ ਰਹੀਆਂ ਨੇ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਸੁਰਿੰਦਰ ਕੌਰ। ਸੁਰਿੰਦਰ ਕੌਰ ਜੀ, ਸ਼ੋਪਿੰਗ ਕੀ ਕਰ ਰਹੇ ਹੋ? ਸ਼ੋਪਿੰਗ ਚੂੜੀਆਂ ਚਾੜੀਆਂ ਦੇਖ ਰਹੇ ਹਾਂ ਜੀ। ਵਰਤ ਰੱਖਿਆ? ਵਰਤ ਨਹੀਂ ਰੱਖਿਆ। ਨਹੀਂ ਰੱਖਿਆ? ਸ਼ੌਂਕ ਦੇ ਤੌਰ 'ਤੇ ਖਰੀਦ ਰਹੇ ਬੇਟੇ। ਵਰਤ ਕਿਉਂ ਰੱਖਿਆ? ਵਰਤ ਅਸੀਂ ਸਰਦਾਰ ਹੋਣ ਕਰਕੇ ਨਹੀਂ ਰੱਖਿਆ, ਅੰਮ੍ਰਿਤ ਛੱਕਿਆ ਹੋਇਆ ਬੇਟੇ। ਅੱਛਾ ਜੀ। ਅੰਮ੍ਰਿਤ ਛੱਕੇ ਵਿੱਚ ਅਲਾਊਡ ਨਹੀਂ ਹੈ, ਇਸ ਕਰਕੇ ਆਪਾਂ ਨੇ ਨਹੀਂ ਰੱਖਿਆ। ਵੈਸੇ ਸ਼ੌਂਕ ਪੂਰਾ ਕਰ ਲਈਦਾ, ਵਰਤ ਨਹੀਂ ਰੱਖਿਆ, ਪਰ ਜਿਹੜੇ ਲੋਕ ਵਰਤ ਰੱਖਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਗੱਲ, ਉਹਨਾਂ ਦਾ ਆਪਣਾ ਆਪਣਾ ਰਿਵਾਜ਼ ਹੈ, ਬਹੁਤ ਅੱਛਾ ਮਤਲਬ ਲੱਗਦਾ ਦੇਖ ਕੇ ਵੀ ਉਹ ਲੇਡੀਜ਼ ਤਿਆਰ ਹੁੰਦੀਆਂ, ਸੱਜਦੀਆਂ, ਅੱਛੀਆਂ ਲੱਗਦੀਆਂ। ਉਹੀ ਚੀਜ਼ ਕਰਕੇ ਤੁਸੀਂ ਵੀ ਸ਼ੋਪਿੰਗ ਕਰਨ ਆਏ ਹੋ? ਸ਼ੋਪਿੰਗ ਕਰੇ, ਤਿਆਰ ਹੋਣ 'ਚ ਤਾਂ ਕੋਈ ਉਹ ਨਹੀਂ, ਤਿਆਰ ਹੋ ਜਾਓ, ਆਪਣਾ ਆਪਣਾ ਸ਼ੌਂਕ ਪੂਰਾ ਕਰ ਲਓ, ਬਟ ਵਰਤ ਨਹੀਂ ਰੱਖਦੇ। ਅਤੇ ਉਸ ਗੱਲ ਬਾਰੇ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ? ਦੇਖੋ, ਇਹ ਤਾਂ ਆਪਣਾ ਆਪਣਾ ਰਿਵਾਜ਼ ਹੈ ਨਾ, ਆਪਣੀ ਆਪਣੀ ਥਿੰਕਿੰਗ ਹੈ ਸਭ ਦੀ। ਕੋਈ ਇਸ ਚੀਜ਼ ਨੂੰ ਸੋਚਦਾ ਹੈ, ਕੋਈ ਸਾਡੇ ਸਰਦਾਰਾਂ 'ਚ ਤਾਂ ਇਹ ਹੈ ਕਿ ਵੀ ਪਾਠ ਪੂਜਾ ਕਰੋ, ਜੋ ਹੈ ਮਤਲਬ ਲਾਈਫ ਤਾਂ ਉਹਦੇ ਨਾਲ ਹੀ। ਅੱਜ ਕੱਲ੍ਹ ਅਸੀਂ ਦੇਖਿਆ ਕਿ ਸਰਦਾਰਾਂ ਦੀਆਂ ਕੁੜੀਆਂ ਜਿਹੜੀਆਂ ਅੱਗੋਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਇਹ ਗੱਲ ਹੈ ਕਿ ਵਰਤ ਰੱਖਦੇ ਨੇ, ਪਰ ਤੁਸੀਂ ਉਸ ਗੱਲ ਨੂੰ ਅਲਾਓ ਕਰਦੇ ਹੋ ਜਾਂ ਨਹੀਂ? ਨਹੀਂ, ਮੈਂ ਤਾਂ ਅਲਾਓ ਕਰਦੀ, ਵੀ ਰੱਖਣਾ ਚਾਹੀਦਾ, ਕੋਈ ਚੱਕਰ ਨਹੀਂ ਹੈਗਾ, ਰੱਖਣਾ ਚਾਹੀਦਾ, ਕੋਈ ਗੱਲ ਨਹੀਂ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਜਸਵੀਰ ਕੌਰ। ਵਰਤ ਰੱਖਿਆ? ਨਾ ਜੀ, ਨੂੰਹ ਨੇ ਰੱਖਿਆ ਜੀ। ਨੂੰਹ ਨੇ ਰੱਖਿਆ? ਅਤੇ ਤੁਸੀਂ ਖੁਦ ਵਰਤ ਨਹੀਂ ਰੱਖਿਆ ਪਰ ਤੁਹਾਡੀ ਨੂੰਹ ਨੇ ਰੱਖਿਆ, ਅਤੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਅੱਛਾ, ਤੁਸੀਂ ਸ਼ੋਪਿੰਗ ਕੀਤੀ ਹੈ? ਹਾਂਜੀ, ਕਰ ਰਹੇ ਹਾਂ ਜੀ। ਮਹਿੰਦੀ ਲਗਵਾਈ ਹੈ? ਹਾਂਜੀ, ਲਵਾ ਲਈ ਜੀ। ਅੱਛਾ, ਅਤੇ ਕੀ ਮੰਨਦੇ ਹੋ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਜਿਹੜੀ ਇਹ ਪਤੀ ਦੀ ਲੰਬੀ ਉਮਰ ਵਾਲਾ ਕੰਸੈਪਟ ਹੈ, ਇਹ ਇਹ ਇੱਕ ਆਸਥਾ ਬਣ ਗਈ ਹੈ, ਸਾਡੇ ਮਿੱਥ ਹੈ ਜਾਂ ਫਿਰ ਕੀ ਹੈ? ਬਸ ਜੀ, ਆਸਥਾ ਹੀ ਬਣ ਗਈ ਹੈ। ਚਲੋ, ਕੀ ਨਾਮ ਹੈ? ਅਰਵਿੰਦਰ ਕੌਰ। ਅਰਵਿੰਦਰ, ਤੁਹਾਡਾ ਕਿੰਨਵਾਂ ਫਾਸਟ ਹੈ? ਸੈਕਿੰਡ। ਹਾਂਜੀ। ਇਹ ਤੁਸੀਂ ਵਿਆਹ ਤੋਂ ਬਾਅਦ ਰੱਖਣੇ ਸ਼ੁਰੂ ਕੀਤੇ? ਹਾਂਜੀ। ਅੱਛਾ, ਅਤੇ ਕੀ ਸੋਚ ਕੇ ਰੱਖਣਾ ਸ਼ੁਰੂ ਕੀਤਾ ਸੀ, ਇਹ ਕਿਸੇ ਦੇ ਕਹਿਣ 'ਤੇ ਜਾਂ ਆਪਣੀ ਮਰਜ਼ੀ ਨਾਲ? ਮਰਜ਼ੀ ਨਾਲ। ਕੀ ਕਹਿਣਾ ਚਾਹੋਗੇ ਕਰਵਾ ਚੌਥ ਨੂੰ ਲੈ ਕੇ? ਬਸ ਕੁਛ ਨਹੀਂ, ਸਭ ਕੁਛ ਵਧੀਆ, ਐਕਸਾਈਟਿਡ ਹਾਂ ਵੀ ਹਾਂ ਕਿਵੇਂ ਦਾ ਆਉਂਦਾ ਕਿਵੇਂ ਦਾ ਨਹੀਂ, ਬਾਕੀ ਸਭ ਨੂੰ ਰੱਖਣਾ ਚਾਹੀਦਾ, ਮੇਰਾ ਐਕਸਪੀਰੀਅੰਸ ਇਹ ਕਹਿੰਦਾ। ਅਤੇ ਹਸਬੈਂਡ ਨਹੀਂ ਰੱਖਦੇ? ਹਸਬੈਂਡ ਵੀ ਰੱਖ ਲੈਂਦੇ ਨੇ ਪਰ ਇਸ ਵਾਰ ਨਹੀਂ ਰੱਖਿਆ। ਤੁਸੀਂ ਸਾਰੇ ਹਸਬੈਂਡਸ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖ ਰਹੇ ਹੋ? ਸਾਰੇ ਹਸਬੈਂਡ ਨੂੰ ਇਹੀ ਕਹੂੰਗੀ ਕਿ ਆਲ ਦਾ ਬੈਸਟ, ਤੁਸੀਂ ਵੀ ਰੱਖਿਆ ਕਰੋ ਆਪਣੀ ਵਾਈਫ ਲਈ, ਘਰ ਵਾਲਿਆਂ ਦੀ ਵੀ ਬਰਾਬਰ ਦੀ ਲੰਬੀ ਉਮਰ ਹੋਊਗੀ, ਦੋਵਾਂ ਦੀ ਤਾਂ ਜ਼ਿੰਦਗੀ ਜੀਣਗੇ। ਹਾਂਜੀ, ਹਾਂ। ਤੁਹਾਡਾ ਕੀ ਨਾਮ ਹੈ? ਮੈਂ ਇਸਦੀ ਮੰਮਾ। ਅੱਛਾ ਜੀ, ਅੱਜ ਪੂਰੀਆਂ ਇੱਥੇ ਇਕੱਠੇ ਹੋਏ ਪਏ, ਸੱਸ, ਨੂੰਹ ਅਤੇ ਮਾਂ ਇਕੱਠੇ ਹੋਏ ਨੇ, ਹੈ ਨਾ? ਅੱਛਾ, ਓਕੇ, ਅਤੇ ਪੂਰੀ ਪੀੜ੍ਹੀਆਂ ਇਕੱਠੀਆਂ ਹੋਈਆਂ ਨੇ, ਹੈ ਨਾ? ਤੁਸੀਂ ਰੱਖਦੇ ਹੋ ਵਰਤ? ਤੁਸੀਂ ਵਰਤ ਰੱਖਦੇ ਹੋ? ਨੋ, ਮੈਂ ਵਰਤ ਨਹੀਂ ਰੱਖਦੀ ਹਾਂ ਪਰ ਬੇਟੀ ਕਰਨ ਕਾਰਨ ਬੜੀ ਖੁਸ਼ ਰਹੀ ਹਾਂ ਮੈਂ, ਕਿਉਂਕਿ ਮੰਮਾ ਵੀ ਆਏ ਹੋਏ ਅਤੇ ਹਸਬੈਂਡ ਆਏ ਨੇ, ਪਾਪਾ ਜੀ ਆਏ ਹੋਏ, ਅਤੇ ਪੇਕੇ ਆਪਣਾ ਵਰਤ ਰੱਖ ਰਹੀ ਹੈ, ਸਾਨੂੰ ਚੰਗਾ ਲੱਗ ਰਿਹਾ, ਨਾਲ ਅਸੀਂ ਇੰਜੋਏ ਕਰ ਰਹੇ ਨੇ, ਨਾਲ ਜੋ ਸਮਾਨ ਅਸੀਂ ਕਦੀ ਦੇਖੇ ਨੂੰ ਅਸੀਂ ਦੇਖ ਰਹੇ ਨੇ ਕਿਵੇਂ ਕਰਾਂਗੇ ਕਿੰਨੇ ਸਾਲ ਰੱਖਿਆ? 50 ਸਾਲ।
50 ਸਾਲ ਵਰਤ ਰੱਖਿਆ ਮਤਲਬ ਆਪਣੀ ਅੱਧੀ ਜ਼ਿੰਦਗੀ ਤੁਸੀਂ ਪੂਰੀ ਵਰਤਨ ਨੂੰ ਦੇ ਦਿੱਤੀ ਹੈਨਾ ਅੱਛਾ ਕੀ ਸੋਚਦੇ ਹੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੱਕ ਦਿਨ ਵਰਤ ਰੱਖਣ ਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ ਇਹਦੇ ਪਿੱਛੇ ਕੀ ਸੱਚਾਈ ਹੈ ਇਹ ਤਾਂ ਇੱਕ ਧਾਰਮਿਕ ਗੱਲ ਆ ਬੇਟੇ ਐਸਾ ਚਲੀ ਚਲੀ ਪਰੰਪਰਾ ਚਲੀ ਆ ਰਹੀ ਹੈ ਉਸੇ ਨੂੰ ਦੁਨੀਆ ਨਿਭਾ ਰਹੀ ਹੈ ਉਹ ਵੀ ਸਾਡੇ ਵਰਗੇ ਜਿਹੜੇ ਹੁਣ ਅੱਗੇ ਲਈ ਪਾਓ ਦਾ ਨਹੀਂ ਇੰਨਾ ਉਹ ਕਰਦੀ ਧਿਆਨ ਦਿੰਦੀ ਅੱਗੇ ਨੂੰ ਅੱਗੇ ਲਈ ਪਾਓ ਤਾਂ ਨਹੀਂ ਧਿਆਨ ਦਿੰਦੀ ਅਤੇ ਹਾਂ ਵੈਸੇ ਜਦੋਂ ਬਾਜ਼ਾਰ ਦੇ ਵਿੱਚ ਰੌਣਕ ਲੱਗੀ ਹੋਈ ਹੈ ਦੇਖ ਕੇ ਕਿੱਦਾਂ ਦਾ ਲੱਗਦਾ ਅੱਛਾ ਲੱਗਦਾ ਤੁਹਾਡੇ ਹੁਣ ਅੱਗੋਂ ਬੱਚੇ ਵਰਤ ਰੱਖਦੇ ਨੇ ਹਾਂ ਵਾ ਬੱਚੀਆਂ ਬੈਠੀਆਂ ਆ ਬੱਚੀਆਂ ਬੈਠੀਆਂ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਆਪਣੀ ਜ਼ਿੰਦਗੀ ਦੇ ਵਿੱਚ 50 ਸਾਲ ਉਹਨਾਂ ਨੇ ਵਰਤ ਨੂੰ ਦੇ ਦਿੱਤੇ ਇਹ ਬਹੁਤ ਇੱਕ ਵੱਡੀ ਗੱਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਸ਼ੈਲੀ ਸ਼ੈਲੀ ਜੀ ਕਿੰਨੇ ਸਾਲ ਹੋ ਗਏ ਵਰਤ ਰੱਖਦੇ ਨੂੰ 25 ਸਾਲ ਹੋ ਗਏ ਜੀ ਸੋ ਇਸ ਵਰਤ ਰੱਖਣ ਦੇ ਪਿੱਛੇ ਕੀ ਮਹੱਤਤਾ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਵਾ ਚੌਥ ਦੀ ਬਸ ਅੱਛਾ ਹੈ ਪਤੀ ਉਹਦੀ ਲੰਬੀ ਉਮਰ ਲੱਗਦਾ ਕਿ ਇਹਨਾਂ ਦੇ ਹਸਬੰਡ ਖੜੇ ਆ ਨਾਲ ਇਹਨਾਂ ਦੇ ਕੀ ਨਾਮ ਹੈ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਫੀਮੇਲਸ ਰੱਖਦੀਆਂ ਤੁਹਾਡੇ ਵਾਸਤੇ ਵਰਤਾ ਤੇ ਤੁਸੀਂ ਦੱਸੋ ਜੈਂਟਸ ਦੇ ਪੁਆਇੰਟ ਆਫ ਵਿਊ ਤੋਂ ਕੀ ਸੋਚਦੇ ਹੋ ਹਾਂਜੀ ਮੈਂ ਵੀ ਰੱਖਿਆ ਸਵੇਟ ਦਾ ਜੀ ਅੱਛਾ ਜੀ ਖਾਣ ਦਾ ਹਾਂਜੀ ਹਾਂਜੀ ਅੱਛਾ ਤੋ ਕੀ ਲੱਗਦਾ ਕਿ ਇਹ ਵਰਤ ਜਿਹੜਾ ਰੱਖਦੇ ਨੇ ਇਹਦੇ ਨਾਲ ਤੁਹਾਡੀ ਉਮਰ ਤੇ ਫਰਕ ਪੈਂਦਾ ਹਾਂ ਬਹੁਤ ਜੀ ਦੇਖੋ ਇੰਨੇ ਆਪਾਂ ਹੁਣ ਕਿੰਨੇ 50 ਸਾਲ ਦੇ ਹੋ ਗਏ ਜੀ ਆਪਾਂ ਹਾਂ ਇਹਨਾਂ ਦੀ ਬਦਲਤੀ ਹੋਏ ਨਹੀਂ ਰੱਖਿਆ ਇਹ ਤਾਂ ਦੇਖੋ ਜੀ ਸ਼ਰੇਆਮ ਝੂਠ ਬੋਲ ਰਿਹਾ ਕੈਮਰੇ ਸਾਹਮਣੇ ਕਹਿੰਦੇ ਮੈਂ ਵਰਤ ਰੱਖਿਆ ਹੋਇਆ ਪਰ ਨਹੀਂ ਰੱਖਿਆ ਪਰ ਤੁਸੀਂ ਦੱਸੋ ਫਿਰ ਤੁਸੀਂ ਕਿਉਂ ਨਹੀਂ ਰੱਖਿਆ ਬਸ ਵੈਸੇ ਦੇਖੋ ਨਾਲ ਹੈਗੇ ਇਹਨਾਂ ਦੇ ਜੀ ਸਾਡੀ ਅਸੀਂ ਅਲੱਗ ਤਰ੍ਹਾਂ ਦੇ ਇਹਨਾਂ ਇਹਨਾਂ ਦੀ ਧਾਰਨਾ ਅਲੱਗ ਹੈ ਸਾਡੀ ਅਲੱਗ ਹੈ ਜੀ ਅਸੀਂ ਇਹਨਾਂ ਨਾਲ ਆਏ ਹੋਏ ਇਹਨਾਂ ਨੇ ਸੇਵਾ 'ਚ ਇਹਨਾਂ ਨੇ ਵਰਤ ਰੱਖਣਾ ਸਾਡੀ ਅਲੱਗ ਹੈ ਚਲੋ ਹੁਣ ਇੱਕ ਵਾਰੀ ਦਿਲੋਂ ਗੱਲੋਂ ਦੱਸੋ ਕਿ ਵਰਤ ਰੱਖਣ ਵਾਸਤੇ ਤੁਹਾਡੀ ਜੇਬ 'ਤੇ ਕਿੰਨਾ ਕੁ ਉਹ ਪੈਂਦਾ ਹੈ ਬੋਝ ਕੋਈ ਨਹੀਂ ਜੇਬ ਤੋਂ ਕੋਈ ਬੋਝ ਨਹੀਂ ਪੈਂਦਾ ਜੀ ਸਭ ਇਹਨਾਂ ਦਾ ਹੀ ਹੈ ਜੀ ਰੌਣਕ ਮਿਲਦੀ ਹੈ ਕਾਰੋਬਾਰ ਮਿਲਦਾ ਇਸੀ ਪ੍ਰਕਾਰ ਸਾਰਾ ਮਤਲਬ ਅੱਛਾ ਵਾਤਾਵਰਨ ਹੋ ਜਾਂਦਾ ਹਰ ਪਾਸੇ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਕਿਸੇ ਦਾ ਆਪਣਾ ਜਿਹੜਾ ਇਹ ਵਿਚਾਰ ਹੈ ਕੋਈ ਕਹਿ ਰਿਹਾ ਹੈ ਕਿ ਇਹ ਵਰਤ ਜਿਹੜਾ ਹੈ ਉਹ ਆਪਣੇ ਸ਼ੌਂਕ ਦੇ ਲਈ ਰੱਖਿਆ ਜਾ ਰਿਹਾ ਹੈ ਕਈ ਜਿਹੜੇ ਆ ਉਹ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਰੱਖ ਰਹੇ ਨੇ ਕਈ ਪਤੀਆਂ ਨੇ ਜਿਹੜਾ ਵਰਤ ਰੱਖਿਆ ਪਰ ਕਈਆਂ ਨੇ ਨਹੀਂ ਵੀ ਰੱਖਿਆ ਹੋਇਆ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਪਤਨੀਆਂ ਵਰਤ ਰੱਖਦੀਆਂ ਨੇ ਪਤੀਆਂ ਨੂੰ ਵੀ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੀ ਇਕੱਠੇ ਉਮਰ ਲੰਬੀ ਹੋਵੇਗੀ ਤਾਂ ਜ਼ਿੰਦਗੀ ਜਿਹੜੀ ਹੈ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗੁਜ਼ਾਰੀ ਜਾਵੇਗੀ ਉਸ ਤੋਂ ਵੱਡੀ ਗੱਲ ਜਿਹੜੀ ਹੈ ਕਿਉਂਕਿ ਬਾਜ਼ਾਰੀਕਰਨ ਜਿਹੜਾ ਤਿਉਹਾਰਾਂ ਦਾ ਹੋ ਗਿਆ ਉਹਦੇ ਉੱਪਰ ਤੁਹਾਨੂੰ ਥੋੜ੍ਹਾ ਜਿਹਾ ਕੰਟਰੋਲ ਜਿਹੜਾ ਉਹ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਸਾਦਗੀ ਜਿਹੜੀ ਹੈ ਸਾਦਗੀ ਦੇ ਨਾਲ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਹੋਰ ਵੀ ਵਧੇਰੇ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਜ਼ਿਆਦਾ ਪੈਸਾ ਖਰਚ ਕੇ ਉਹਨਾਂ ਚੀਜ਼ਾਂ ਦੇ ਵਿੱਚ ਉਹ ਸਕੂਨ ਨਹੀਂ ਮਿਲਦਾ ਜਿਹੜਾ ਸਾਦਗੀ ਦੇ ਵਿੱਚ ਮਿਲਦਾ ਸੋ ਇੱਕ ਵਾਰ ਫਿਰ ਤੋਂ ਜਿਹੜਾ ਹੈ ਤੁਹਾਨੂੰ ਵੀ ਸਾਰਿਆਂ ਨੂੰ ਕਰਵਾ ਚੌਥ ਦੀਆਂ ਜਿਹੜੀਆਂ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਵੀ ਵਰਤ ਰੱਖਿਆ ਹੈ ਅਤੇ ਜਿਨ੍ਹਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਵੀ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ